ਤੇ ਜਿਨ੍ਹਾਂ ਨੇ ਵੋਟ ਪਾਈ ਵੀ ਆ ਠੀਕ ਆ ਫਿਰ ਉਹਨਾਂ ਨੂੰ ਕਹਿੰਦੇ ਆ ਕਿ ਅਸੀਂ ਤੁਹਾਨੂੰ ਪੈਸੇ ਦੇ ਕੇ ਵੋਟ ਲਈ ਕਿ ਅਸੀਂ ਤੁਹਾਨੂੰ ਕੰਮ ਨਹੀਂ ਕਰਵਾ ਸਕਦੇ ਤੁਹਾਡਾ ਕਿਉਂਕਿ ਅਸੀਂ ਤੁਹਾਨੂੰ ਪੈਸੇ ਦਿੱਤੇ ਆ ਠੀਕ ਆ ਦਿੱਤੇ ਦਿੱਤੇ ਕੁਝ ਦਿੱਤਾ ਉਹ ਲੋ ਜੀ ਸ਼ਰੇਆਮ ਤੁਹਾਨੂੰ ਬੰਦੇ ਖੜੇ ਕਰ ਦਿੰਨੇ ਆ ਜੀ ਜੇ ਕੋਈ ਹੈਗਾ ਵਾ ਅਕਾਲੀ ਨੇ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਸਿੱਧੂ ਸਾਹਿਬ ਦੀ ਸਪੋਰਟ ਥੋੜੀ ਕੀਤੀ ਆ ਜੇ ਕੋਈ ਕਾਂਗਰਸੀ ਆ ਉਹਨੂੰ ਕਹਿ ਦਿੰਦੇ ਆ ਕਿ ਜੇ ਤੁਸੀਂ ਸਪੋਰਟ ਨਹੀਂ ਕੀਤੀ ਤਾਂ ਤੁਸੀਂ ਸਿੱਧੂ ਸਾਹਿਬ ਕੋਲੋਂ ਕੰਮ ਕਾਹਦਾ ਮੰਗਦੇ ਹੋ ਕੁਲਵੰਤ ਸਿੰਘ ਸਿੱਧੂ ਜੀ ਤੱਕ ਤਾਂ ਗੱਲ ਇੰਨੀ ਪਹੁੰਚਦੀ ਹੀ ਨਹੀਂ ਹੈਗੀ ਜਿਹੜਾ ਉਹਨਾਂ ਨੇ ਅੱਗੇ ਆਪਣੇ ਪ੍ਰਧਾਨ ਬਣਾਏ ਹੋਏ ਆ ਉਹ ਗੱਲ ਸੁਣਦੇ ਹੀ ਨਹੀਂ ਹੈਗੇ ਆਪਣੀ ਪਾਰਕ ਆਪ ਤਿਆਰ ਕਰਦੇ ਪਏ ਆ ਕੋਈ ਨਹੀਂ ਅਸੀਂ ਕਹਿੰਦੇ ਹਾਂ ਉਹਨਾਂ ਨੂੰ ਬੂਟੇ ਭੇਜ ਦਿਓ ਨਾ ਬੂਟੇ ਭੇਜਦੇ ਨੇ ਇੱਥੇ ਜਦੋਂ ਦੇ MLA ਸਾਹਿਬ ਬਣੇ ਨੇ ਸਿੱਧੂ ਸਾਹਿਬ ਇੱਥੇ ਕੋਈ ਨਹੀਂ ਆਇਆ ਆਉਂਦੇ ਨੇ ਬਾ ਘੇੜਾ ਕੱਢ ਕੇ ਚੱਲ ਜਾਂਦੇ ਨੇ ਕਰਦੇ ਨੇ ਜੀ ਕਰਦੇ ਨੇ ਕਰਦੇ ਨੇ ਕੁਛ ਵੀ ਨਹੀਂ ਕਰਦੇ ਜੀ ਇੱਥੇ ਅਤੇ ਘਰੋਂ ਪਾਣੀ ਲਾਇਆ ਕਿਸੇ ਦੇ ਹੁਣ ਉਹ ਵੀ ਬੋਲਦੇ ਨੇ ਘਰੋਂ ਪਾਣੀ ਲਾਇਆ ਅਗਲੇ ਕਹਿੰਦੇ ਤੁਸੀਂ ਪਾਣੀ ਕਿਉਂ ਲਾਇਆ ਇੱਥੇ ਸਵੇਰ ਪੱਪੀ ਸ਼ਾਹਪੁਰੀ ਜੀ ਇੱਥੇ ਰੁਕੇ ਸੀਗੇ ਕੱਲ੍ਹ ਰਾਤ ਅਸੀਂ ਉਹਨਾਂ ਨੂੰ ਕਿਹਾ ਉਹਨਾਂ ਨੇ ਕਿਹਾ ਜੀ ਸਿੱਧੂ ਸਾਹਿਬ ਨੂੰ ਅਸੀਂ ਫੋਨ ਕਰ ਦਿੰਦੇ ਹਾਂ ਤੁਸੀਂ ਜਾਇਓ ਉੱਥੇ ਉਹ ਵੀ ਫਿਰ ਉਹਨਾਂ ਨੇ ਉੱਥੇ ਉੱਥੋਂ ਵੀ ਨਹੀਂ ਆਏ ਫਿਰ ਹਾਲੇ ਤੱਕ ਇਹ ਕੌਂਸਲ ਸਾਹਿਬ ਨੇ ਥੋੜ੍ਹੇ ਕੁ ਬੂਟੇ ਭੇਜੇ ਸੀ ਕਹਿੰਦੇ ਅਸੀਂ ਹੋਰ ਭੇਜ ਦਾਂਗੇ ਪਰ ਬੂਟੇ ਚੱਲਣ ਵਾਲੇ ਹੈ ਨਹੀਂ ਗਏ ਅਸੀਂ ਚਾਰ ਦੁਆਰੀ ਨਹੀਂ ਹੈਗੀ ਉਸ ਟਾਈਮ ਦਿੱਕਤ ਆਉਂਦੀ ਕਿਉਂਕਿ ਕੁੱਤੇ ਵੀ ਆਉਂਦੇ ਹੋਣੇ ਜੀ ਗਾਵਾਂ ਮੱਝਾਂ ਆਉਂਦੀਆਂ ਨੇ ਕੁੱਤੇ ਆਉਂਦੇ ਨੇ ਅੰਦਰ ਅਸੀਂ ਦੋ ਵਾਰੀ ਚਲੇ ਗਏ ਸੀਗੇ ਕੌਂਸਲ ਸਾਹਿਬ ਕੋਲ ਵੀ ਚਲੇ ਗਏ ਸੀ MLA ਸਾਹਿਬ ਨੂੰ ਵੀ ਕਹਿਤਾ ਸੀਗਾ ਤਾਂ ਵੀ ਨਹੀਂ ਸੁਣਾਈ ਉਹਨਾਂ ਦਾ ਰੀਡਰ ਸਾਹਿਬ ਆਉਂਦੇ ਰਹੇ MLA ਦੇ ਉਹ ਵੀ ਨਹੀਂ ਕੋਈ ਕਰ ਇੱਥੇ 7-8 ਬੂਟੇ ਲਾ ਕੇ ਗਏ ਆ ਜੀ ਕਿਹੜਾ ਜੀ ਪਾਣੀ ਦਾ ਸੋਰਸ ਨਹੀਂ ਹੈਗਾ ਇੱਥੇ ਠੀਕ ਆ ਸਮਰਸੀਬਲ ਹੋਊਗਾ ਤਾਂ ਹੀ ਇੱਥੇ ਬੂਟੇ ਚੱਲਣਗੇ ਨਾ ਬਾਉਂਡਰੀ ਕੀਤੀ ਆ ਕੋਈ ਨਾ ਗ੍ਰਿੱਲਾਂ ਲਾਈਆਂ ਨੇ ਨਾ ਕੁਛ ਬਸ ਬੂਟੇ ਲਾ ਕੇ ਫੋਟੋਆਂ ਖਿਚਾ ਕੇ ਚੱਲ ਜਾਂਦੇ ਨੇ ਜੀ ਉਹ ਛੋਟੀ ਜੀ ਪਾਰਕ ਹੈ ਬਸ ਉਸ ਦੀ ਵੀ ਦੇਖ ਰੇਖ ਨਹੀਂ ਹੁੰਦੀ ਹੈ ਨਹੀਂ ਕੁਛ ਨਹੀਂ ਹੋ ਰਿਹਾ ਜੀ ਹਲੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨਿਧੀ ਵਰਮਾ ਇਸ ਵੇਲੇ ਅਸੀਂ ਮੌਜੂਦ ਹਾਂ ਮਨਜੀਤ ਨਗਰ ਦੇ ਵਿੱਚ ਇੱਥੇ ਤੁਸੀਂ ਦੇਖੋਗੇ ਇੱਕ ਪਾਰਕ ਛੋਟਾ ਜਿਹਾ ਬਣਿਆ ਹੋਇਆ ਤੇ ਪਰ ਇੱਥੇ ਦੀ ਸੰਭਾਲ ਦੇ ਲਈ ਅਸੀਂ ਗੱਲ ਕਰੀ ਤੇ ਸੰਭਾਲ ਜਿਹੜੀ ਹੈ ਸਰਕਾਰੀ ਪਾਰਕ ਹੈ ਸੰਭਾਲ ਪਰ ਇੱਥੇ ਜਿਹੜੀ ਹੈ ਲੋਕਾਂ ਵੱਲੋਂ ਕੀਤੀ ਜਾ ਰਹੀ ਕਿਹਾ ਜਾ ਰਿਹਾ ਬੂਟੇ ਤਾਂ ਲਗਾਏ ਗਏ ਨੇ ਪਰ ਇੱਕ ਵਾਰ ਵੀ ਦੇਖ ਰੇਖ ਲਈ ਕੋਈ ਵੀ MLA ਕੋਈ ਵੀ ਕੌਂਸਲਰ ਇੱਥੇ ਨਹੀਂ ਪਹੁੰਚਿਆ ਕੁਲਵੰਤ ਸਿੱਧੂ ਇੱਥੇ MLA ਨੇ ਪਰ ਇਸ ਨੂੰ ਲੈ ਕੇ ਅਸੀਂ ਲੋਕਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਗੌਰਵ ਜੀ ਮੈਡਮ ਇੱਦਾਂ ਹੀ ਇੱਥੇ ਜਦੋਂ ਦੇ MLA ਸਾਹਿਬ ਬਣੇ ਨੇ ਸਿੱਧੂ ਸਾਹਿਬ ਇੱਥੇ ਕੋਈ ਨਹੀਂ ਆਇਆ ਨਾ ਕੌਂਸਲ ਜੀ ਆਏ ਨੇ ਆਉਂਦੇ ਨੇ ਬਾ ਘੇੜਾ ਕੱਢ ਕੇ ਚੱਲ ਜਾਂਦੇ ਨੇ ਕਰਦੇ ਨੇ ਕਰਦੇ ਨੇ ਕੁਛ ਵੀ ਨਹੀਂ ਕਰਦੇ ਜੀ ਇੱਥੇ ਅਸੀਂ ਆਪ ਹੀ ਅਸੀਂ ਮੁਹੱਲੇ ਦੇ ਮੁੰਡੇ ਸਾਰੇ ਅੱਗੇ ਹਾਂ ਆਪਣੀ ਪਾਰਕ ਆਪ ਤਿਆਰ ਕਰਦੇ ਪਏ ਹਾਂ ਕੋਈ ਨਹੀਂ ਅਸੀਂ ਕਹਿੰਦੇ ਉਹਨਾਂ ਨੂੰ ਬੂਟੇ ਭੇਜ ਦਿਓ ਨਾ ਬੂਟੇ ਭੇਜਦੇ ਨੇ ਨਾ ਕੁਛ ਪਾਣੀ ਦਾ ਸਮਰਥਨ ਇੱਥੇ ਕੋਈ ਨਹੀਂ ਹੈਗਾ ਜੀ ਅਤੇ ਘਰੋਂ ਪਾਣੀ ਲਾਇਆ ਕਿਸੇ ਦੇ ਹੁਣ ਉਹ ਵੀ ਬੋਲਦੇ ਨੇ ਘਰੋਂ ਪਾਣੀ ਲਾਇਆ ਅਗਲੇ ਕਹਿੰਦੇ ਕਿ ਤੁਸੀਂ ਪਾਣੀ ਕਿਉਂ ਲਾਇਆ ਇੱਥੇ ਅਤੇ ਉਸ ਤੋਂ ਬਾਅਦ ਜੀ ਆਪਾਂ ਹੁਣ ਸਵੇਰ ਪੱਪੀ ਸ਼ਾਹਪੁਰੀ ਜੀ ਇੱਥੇ ਰੁਕੇ ਸੀਗੇ ਕੱਲ੍ਹ ਰਾਤ ਅਸੀਂ ਉਹਨਾਂ ਨੂੰ ਕਿਹਾ ਉਹਨਾਂ ਨੇ ਕਿਹਾ ਜੀ ਸਿੱਧੂ ਸਾਹਿਬ ਨੂੰ ਅਸੀਂ ਫੋਨ ਕਰ ਦਿੰਦੇ ਹਾਂ ਤੁਸੀਂ ਜਾਇਓ ਉੱਥੇ ਉਹ ਵੀ ਫਿਰ ਉਹਨਾਂ ਨੇ ਉੱਥੇ ਉੱਥੋਂ ਵੀ ਨਹੀਂ ਆਏ ਫਿਰ ਹਾਲੇ ਤੱਕ ਬਸ ਇਹੀ ਅਸੀਂ ਕਹਿੰਦੇ ਕਿ ਸਾਨੂੰ ਇੱਥੇ ਪਾਰਕ ਦਾ ਜਿਹੜੇ ਤੁਸੀਂ ਕਹਿ ਰਹੇ ਹੋ ਇਹ ਬੂਟੇ ਲਗਾਏ ਗਏ ਨੇ ਕੀ ਇਹਨਾਂ ਵੱਲੋਂ ਲਗਾਏ ਗਏ ਨੇ ਕੌਂਸਲਰ ਵੱਲੋਂ ਜਾਂ MLA ਵੱਲੋਂ ਕੀ ਕਹਿਣਾ ਇਹ ਕੌਂਸਲ ਸਾਹਿਬ ਨੇ ਥੋੜ੍ਹੇ ਕੁ ਬੂਟੇ ਭੇਜੇ ਸੀ ਕਹਿੰਦੇ ਅਸੀਂ ਹੋਰ ਭੇਜ ਦਾਂਗੇ ਪਰ ਬੂਟੇ ਚੱਲਣ ਵਾਲੇ ਹੈ ਨਹੀਂ ਗਏ ਅਸੀਂ ਲਾ ਤਾਂ ਦਿੱਤੇ ਆ ਪਰ ਹੈ ਨਹੀਂ ਚੱਲਣ ਵਾਲੇ ਉੱਥੇ ਦੇ ਉੱਥੇ ਹੀ ਨੇ ਉਸ ਤੋਂ ਬਾਅਦ ਕੋਈ ਸੰਭਾਲ ਨਹੀਂ ਕੀਤੀ ਇੱਕ ਵਾਰ ਭੇਜ ਹਾਂਜੀ ਹਾਂਜੀ ਭੇਜਤੇ ਉਸ ਤੋਂ ਬਾਅਦ ਕਹਿੰਦੇ ਹੋਰ ਭੇਜਾਂਗੇ ਚਾਰ ਦਿਵਾਰੀ ਵੀ ਕਰ ਦਾਂਗੇ ਤੁਹਾਡੀ ਨਾ ਕੋਈ ਚਾਰ ਦਿਵਾਰੀ ਦਿੱਤੀ ਕੀਤੀ ਨਾ ਕਹਿੰਦੇ ਘਾਹ ਵੀ ਲਵਾਂਗੇ ਘਾਹ ਵੀ ਨਹੀਂ ਲਵਾਇਆ ਉਹਨਾਂ ਨੇ ਜਿਹੜੇ ਚਾਰ ਦਿਵਾਰੀ ਨਹੀਂ ਹੈਗੀ ਉਸ ਟਾਈਮ ਦਿੱਕਤ ਆਉਂਦੀ ਕਿਉਂਕਿ ਕੁੱਤੇ ਵੀ ਆਉਂਦੇ ਹੋਣੇ ਹਾਂਜੀ ਗਾਵਾਂ ਮੱਝਾਂ ਆਉਂਦੀਆਂ ਨੇ ਕੁੱਤੇ ਆਉਂਦੇ ਨੇ ਅੰਦਰ ਹੋਰ ਬੜਾ ਖਲੇਰਾ ਪੈ ਜਾਂਦਾ ਇੱਥੇ ਅੰਦਰ ਗਰੀਲਾ ਕਰਕੇ ਤਾਂ ਕਰਕੇ ਜੀ ਤੇ ਤੁਹਾਡੇ ਵੱਲੋਂ ਗੱਲ ਕੀਤੀ ਗਈ ਉਹਨਾਂ ਦੇ ਨਾਲ ਨਹੀਂ ਜੀ ਕੋਈ ਗੱਲ ਨਹੀਂ ਹੋਈ ਸਾਡੇ ਨਾਲ ਉਹਨਾਂ ਦੀ MLA ਸਾਹਿਬ ਨਾਲ ਕੋਈ ਗੱਲ ਨਹੀਂ ਕੋਈ ਸ਼ਿਕਾਇਤ ਕੀਤੀ ਹੋਵੇ ਇਸ ਨੂੰ ਲੈ ਅਸੀਂ ਦੋ ਵਾਰੀ ਚਲੇ ਗਏ ਸੀਗੇ ਕੌਂਸਲ ਸਾਹਿਬ ਕੋਲ ਵੀ ਚਲੇ ਗਏ ਸੀ MLA ਸਾਹਿਬ ਨੂੰ ਵੀ ਕਹਿਤਾ ਸੀਗਾ ਤਾਂ ਵੀ ਨਹੀਂ ਸੁਣਾਈ ਉਹਨਾਂ ਦਾ ਰੀਡਰ ਸਾਹਿਬ ਆਉਂਦੇ ਰਹੇ MLA ਦੇ ਉਹ ਵੀ ਨਹੀਂ ਕੋਈ ਕਰਦੇ ਸੋ ਕੀ ਕਹਿਣਾ ਚਾਹੋਗੇ ਸਰ ਇਸ ਚੀਜ਼ ਨੂੰ ਲੈ ਹਾਂਜੀ ਮੈਡਮ ਪਤਾ ਕੀ ਗੱਲ ਹੈ ਜੀ ਇੱਥੇ ਕੌਂਸਲਰ ਹਨ ਪ੍ਰੀਆ ਕਿਹੜਾ ਉਹਨਾਂ ਦੇ ਹਸਬੰਡ ਆਉਂਦੇ ਉਹਨਾਂ ਨੂੰ ਬੜੀ ਵਾਰੀ ਕਿਹਾ ਵਾ ਸੀ ਕਿ ਸਾਡੇ ਮੁਹੱਲੇ ਦੇ ਵਿੱਚ ਸੀਵਰੇਜ ਦੇ ਪਾਈਪ ਪਵਾਓ ਠੀਕ ਹੈ ਜੀ ਸੜਕਾਂ ਪਵਾਓ ਗਲੀਆਂ ਬਣਵਾਓ ਠੀਕ ਹੈ ਅਤੇ ਉਹਨਾਂ ਨੇ 4.5 ਸਾਲ ਦੇ ਵਿੱਚ
बस एक 6 नंबर गली बनवाई है मनजीत नगर च, एक 5 नंबर का काम चालू करवाया वा, और 20-25 फुट कहते सीवरेज का पैप पेगा, बाकी उन्होंने गली के उत्ते गली बनाती है। ठीक है जी, तो हरे गली भी बेची टुटी पई है, तुम्हें दिखा सकते हैं असं, तो उन्होंने 2 महीने हो गया हरे गली बनती नहीं पी, वह बेची है। हालात कितने कितने उत्थे दिखाई उत्थे ही है जी। हाँ जी, शिकायत की है तुसी, मतलब शिकायत वगैरह की है, तो उस टाइम तो उन्होंने की किया कि कोई आश्वासन दिता हो? हाँ भी हो जाएगा मैडम, जदों कैडा जी आए थे ना इलेक्शन टाइम, कि उन्होंने पहला किया कि पहल के आधार पर मनजीत नगर का काम किया जाऊगा, पहल के आधार पर मनजीत नगर का काम किया जाऊगा, बाद वोटा जित गए उदू बाद पुछते नहीं जी मनजीत नगर। जो मतलब इलेक्शन के टाइम तो कुलवंत सिद्धू भी आए थे, काफ़ी चीज़ों देख रेख के गए, इस तो बाद देखा कि कुछ सुधार होया वा कुछ? पता की गल है, कुलवंत सिंह सिद्धू जी तक तो गल इन्नी पहुँचती ही नहीं हैगी, जिहड़ा उन्होंने अगे अपने वॉल्टियर रखे हुए आ, प्रधान बनाए हुए आ, वह गल सुनते ही नहीं है। जे कोई सुनता वा गल साडी, जे एक जना सुनता वा, चार जने उन्हें रोक दिया कि तू साडे उन्हां दे एरिया च कल ही बड़िया वा, कि असी जिहड़े मनजीत नगर के प्रधान आ वह भी चेंज करन। ठीक है कि मनजीत नगर का जिहड़ा उन्होंने आम पार्टी वाले प्रधान बनाया वा, वह भी चेंज करन, ता जो कि वधिया बंदा लाया जाए कि जो मनजीत नगर के सुने सुने। बिल्कुल सर, जिवें ये चीज़ कही जा रही है कि आस पास दीवार नहीं, बाउंड्री नहीं की गई है ना इत्थे, ते जे असीं पौद्यां दी गल करिए उहनूं भी नहीं घेरिया गया, जिथे इन्नी इनवायरमेंट नूं ग्रीन रखण दी गल की जाती है, तो उस तो बाद इत्थे इहो जे हालात ने कि तुहानूं नहीं लगता इत्थे डॉगी कुत्ते वगैरह आउंदे होणगे तां काफ़ी चीज़ां है खराब हुंदियां ने, पौधे खराब हुंदे ने? बड़ा पता की गल है, इत्थे 7-8 बूटे ला के गए आ जी कैड़ा जी, पानी का सोर्स नहीं हैगा इत्थे। ठीक है, समरसीबल होगा तां ही इत्थे बूटे चलणगे, हुण घरां दे विचों पाइप ला ला के पानी ला रहे हैं। ठीक है जी, जिहड़े उधर मेडिकल के सामने पार्क आ 7 नंबर के, उत्ते 10-12 बूटे ला के गए सके, उत्ते हुण बूटे डिग गए, उत्ते पानी नहीं हैगा, जे पानी होगा तां ही बूटे चलणगे। हाँ जी, ना बाउंडरी की कोई, ना ग्रिला लाइया ने, ना कुछ, बस बूटे ला के वोट मंग जाके चल जाते हैं जी। वह बूटे भी जड़े है ना, ना कोई माली लिया, ना किसी लिया, बूटे भी महल वाले आप लाते हैं, केवल फोटो खिचाण लई आ जी। कहोगे कहना? कहना तो कुछ नहीं जी, बस जो बूटे लाते हैं तो बाउंडरी से ला, जिन्ना बूटे सही रहन, पानी के साडे वर्गे भी ला देंगे भी, चलो कोई गल नहीं। एक छोटी जी पार्क है, बस उसकी भी देख रेख नहीं होंगी इतने? नहीं कुछ नहीं हो रहा जी हले, जो तो वोटा लैनिया उदो तो कह देंगे भी सब कुछ होगा, असं भी मन जाने भी की पता हो जाए, पर हों कुछ नहीं है। नवी पार्टी आई, आमनी पार्टी, तो उम्मीदा तो काफ़ी सगिया लोगों, पर कुछ देखे नहीं? कुछ नहीं देख, जिसे इनवायरमेंट को अपने की कहें वातावरण बचाने की, हरा भरा रखने की इन्नी गल् की जा, उस तो बाद योजे हालात इदा ही है मैम, कोई देख रेख नहीं हैगी। जिहड़े इत्थे प्रधान बने हुए आ मनजीत नगर के प्रधान बनाए आ सिद्धू साहब ने, वह पता की कहें, जे कोई हैगा वा अकाली ने, उन्होंने कहें कि तुम सिद्धू साहब की सपोर्ट थोड़ी की है, जे कोई कांग्रेसी आ उन्होंने कह दें कि जे तुम सपोर्ट नहीं की तो तुम सिद्धू साहब को काम कहदा मंगते हो? ठीक है, तो जिन्होंने वोट पाई भी आ, ठीक है, फिर उन्होंने कहें कि असं तुम्हें पैसे दे के वोट ली है। ठीक है जी, कि असं तुम्हें काम नहीं करवा सकते क्योंकि असं तुम्हें पैसे दते हैं। ठीक है, कुछ लो जी सरेआम तुम बंदे खड़े कर दें जी। हाँ जी, नहीं ये भी कही जाती है ना कि असी वोटा दित्तियां, दारू वंड के पैसे वंड के, पैसे वंड के लई जाने, कहिंदे वोटा असी काम नहीं करा सकते। ठीक है जी, जिहड़े उन्हां दे अगे प्रधान आ ना, सिद्धू साहब नूं तां शायद पता नहीं, जिहड़े उन्हां दे अगे प्रधान रखे आ उह कह रहे आ। नहीं ते तुसीं सारे इकट्ठे हो के कदे नहीं गए किथे दित्ती दारू, किथे दित्ते पैसे? ठीक है जी, उह बड़ी वारी क्या जी। ठीक है, जिन्हां ने लई होगी, जिन्हां ने लई होगी, ठीक है, उन्हां नूं भी मना करदे पए आ। ठीक है, उन्होंने तो चलो करना ही है, जिन्होंने पैसे ले आ, दारू ली आ, जे कोई ओपोजिट पार्टी है जिम्मे कांग्रेस वाले या अकाली वाले, उन्होंने भी मना करी जाते हैं कि जे तुम आम पार्टी को वोटा नहीं पाइया तो वाला काम नहीं कराना जी। ठीक है जी, पिछले मुंडियां तो मीटिंग हुई सी बस स्टैंड वाले, बस स्टैंड की मीटिंग हुई सी, मैडम आए थे सब इंस्पैक्टर। ठीक है जी, तो उन्होंने कहा कि नशे छड्डो, जिम का समान लिया गया, तो मैं चाहनी हाँ कि जिम का समान रखा हो, बच्चे एक्सरसाइज ला कि सही आ। सिद्धू साहब तक असी गल कही सी कि एक्सरसाइज का समान लै दो जी, गुरुद्वारा साहब रख लीए। ठीक है, तो वो आपस ही लड़ पे, कहें असी कि दे दीए समान, जेडे उन्होंने प्रधान सिद्धू साहब लैके देन भी लगे से समान जिम का। ठीक है जी, उन्होंने बिचों मना करवाता कि नहीं देना जी, नहीं देना जी, क्योंकि ये बंद ने अपन वोटा नहीं पाइया। ठीक है, मैं ये पूछना चाहना सिद्धू साहब न कि जे वोटा नहीं पाइया तो असी को एम एल ए सारे एरिए हो आत्मनगर हल्के, असी आत्मनगर हल्के के बिच रहने जे। ठीक है, असी वोट नहीं पाई, ठीक है, तो एम एल ए ही हो साडे। ठीक है, हुण ये तो हैगा नहीं कि आत्म पार्क हल्के ने सारे ने वोट कल्ली सिद्धू साहब नूं ही पाई है। ठीक है, असी हुण कांग्रेस नूं पाई है। ठीक है जी, किसी ने अकालियां नूं पाई है, किसी ने आम नूं पाई है, ये तो किसी दी भी नहीं गल सुनदे पे। सिद्धू साहब मिलण ना अगे, ठीक है, ये जिहड़े प्रधान ना बनाए हुए अगे, ये मिलण नहीं दिंदे। तो बिल्कुल लगातार असं गलबात कर रहे मनजीत नगर के लोगों के नाल, तो देखा इतने छोटी जी पार्क हैगी, किस तरह उसनों
ਇਹਦਾ ਨਿਗਲੈਕਟ ਕੀਤਾ ਜਾ ਰਿਹਾ, ਕਿਸੇ ਤਰ੍ਹਾਂ ਦੀ ਕੋਈ ਸੰਭਾਲ ਨਹੀਂ ਕੀਤੀ ਜਾ ਰਹੀ ਹੈ ਤੇ ਇਸ ਨੂੰ ਲੈ ਕੇ ਕਾਫੀ ਜਿਹੜੇ ਲੋਕ ਨੇ ਭੜਕੇ ਹੋਏ ਦਿਖਾਈ ਦਿੱਤੇ ਨੇ। ਕਿਹਾ ਜਾ ਰਿਹਾ ਕਿ ਪੌਦੇ ਤਾਂ ਲਗਾਏ ਗਏ ਨੇ ਪਰ ਇਸ ਦੇ ਆਸ-ਪਾਸ ਜਿਹੜੀ ਹੈ ਬਾਉਂਡਰੀ ਨਹੀਂ ਲਗਾਈ ਗਈ ਤੇ ਪੌਦਿਆਂ ਨੂੰ ਜਿਹੜਾ ਹੈ ਦੇਖ-ਰੇਖ ਨਹੀਂ ਕੀਤੀ ਜਾ ਰਹੀ, ਪਾਣੀ ਦਾ ਕੋਈ ਸੋਰਸ ਨਹੀਂ ਹੈਗਾ, ਕਾਫੀ ਚੀਜ਼ਾਂ ਲੈ ਕੇ ਇੱਥੇ ਜਿਹੜਾ ਹੈ ਭੜਕੇ ਹੋਏ ਲੋਕ ਦਿਖਾਈ ਦੇ ਰਹੇ ਨੇ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ ਉਸ ਟਾਈਮ ਇਹੀ ਇਹਨਾਂ ਦੇ ਵੱਲੋਂ ਕੀਤਾ ਕਿਹਾ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਹੈ, ਆਮ ਲੋਕਾਂ ਦੀ ਪਾਰਟੀ ਹੈ ਤੇ ਉਸ ਤੋਂ ਬਾਅਦ ਕਿਸੇ ਤਰ੍ਹਾਂ ਦੇ ਕੋਈ ਕੰਮ ਨਹੀਂ ਕੀਤੇ ਗਏ ਤੇ ਇਸ ਨੂੰ ਲੈ ਕੇ ਇਸ ਦੇ ਹਾਲਾਤ ਨੂੰ ਲੈ ਕੇ ਤੁਹਾਡਾ ਕੀ ਕਹਿਣਾ? ਤੁਸੀਂ ਸਾਡੇ ਨਾਲ ਬਣੇ ਰਹੋ ਤੇ ਇਦਾਂ ਹੀ ਹੋਰ ਅਪਡੇਟਸ ਦੇਖਦੇ ਰਹੋ। ਦਾ ਸਿਟੀ ਹੈਡਲਾਈਨਸ ਕੈਮਰਾ ਪਰਸਨ ਕਰਨ ਦੇ ਨਾਲ ਮੈਂ ਨਿਧੀ ਵਰਮਾ।